ਜਿਹੜੇ ਕਹਿੰਦੇ ਉਹਨੇ ਸਰੀਰ ਮੈਂ ਕਮਜ਼ੋਰੀ ਹੈਗੀ ਕਮਜ਼ੋਰੀ ਫੀਲ ਕਰਦੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਫਿਗ ਕਮਜ਼ੋਰੀ ਵਾਸਤੇ ਬਹੁਤ ਬਹੁਤ ਵਧੀਆ ਚੀਜ਼ ਹੈ ਜੀ ਜਿੰਨੇ ਬੁੜੇ ਬੰਦੇ ਹੈਗੇ ਜਾਣ ਜੋ ਉਹਨਾਂ ਨੂੰ ਫੀਲ ਨਹੀਂ ਹੁੰਦੀ ਉਹ ਆਪਣੇ ਸਟਾਰਟ ਕਰ ਲਵੇ ਪੀਣਾ ਤੁਸੀਂ ਮਹੀਨੇ ਮੈਂ ਦੇਖਿਓ ਕਿੰਨਾ ਫਰਕ ਪੈ ਜਾਂਦਾ ਬੋਡੀ ਨੂੰ ਦੋ ਜਾਂ ਤਿੰਨ ਫਿਗ ਤੁਸੀਂ ਆਪਣੇ ਦੁੱਧਵਾਂ ਉਬਾਲ ਲਓ ਤੇ ਉਹਦੇ ਵਿੱਚ ਮੈਂ ਮਿਸ਼ਰੀ ਪਾ ਲੈਣੀ ਆਪਣੇ ਟੇਸਟ ਦੇ ਮੁਤਾਬਕ ਇਹ ਤੁਸੀਂ ਆਪਣੇ ਦੁੱਧ ਪੀਏ ਕਰੋ ਨਾਲੇ ਫਿਗ ਖਾ ਲੈਣੇ ਹੈਗੇ ਗਲੇ ਤਾਂ ਸਾਰੀ ਕਬਜ਼ੀ ਕੁਬਜ਼ੀ ਦੂਰ ਹੋਊਗੀ ਇਹਦੇ ਨਾਲ ਗਲੇ ਬੋਡੀ ਨੂੰ ਐਨ ਪੂਰੀ ਤਾਕਤ ਆ ਜਾਂਦੀ ਜੀ ਦੋ ਤਿੰਨ ਇਹ ਤਾਂ ਆਪਣੇ ਖੁਰਾਕ ਜੀ ਬਣਾ ਲਓ ਇੱਕ ਕਿਸਮ ਦੀ ਬਹੁਤ ਵਧੀਆ ਚੀਜ਼ ਹੋ ਗਈ ਤੁਹਾਨੂੰ ਇਹ ਜੇ ਆਪਣੇ ਥੋੜ੍ਹਾ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਮੈਂ ਗੁੜ ਵੀ ਖਾ ਸਕਦੇ ਹੈਗੇ ਜੀ ਥੋੜ੍ਹਾ ਜਿਹਾ ਆਪਣੇ ਗੁੜ ਖਾਣ ਲਾ ਜਾਓ ਇਹ ਵੀ ਆਪਣੇ ਸਰੀਰ ਮਾਂ ਆਇਰਨ ਦੀ ਕਮੀ ਪੂਰੀ ਕਰਕੇ ਜਿਹੜੀ ਕਮਜ਼ੋਰੀ ਤੁਹਾਨੂੰ ਫੀਲ ਹੁੰਦੀ ਹੈਗੀ ਇਹ ਆਪਣੇ ਠੀਕ ਜਿਸ ਤਰ੍ਹਾਂ ਆਪਣੇ ਬਾਲਾ ਖਾਣੇ ਦੀ ਲੋੜ ਨਹੀਂ ਜਿਸ ਤਰ੍ਹਾਂ ਲੱਡੂ ਜਿਹਾ ਹੁੰਦਾ ਇੱਕ ਲੱਡੂ ਉਹਨਾਂ ਤੁਸੀਂ ਆਪਣੇ ਗੁੜ ਖਾ ਕਰੋ ਜੇ ਖੂਨ ਦੀ ਕਮੀ ਨੂੰ ਵੀ ਪੂਰਾ ਕਰ ਦੂਗਾ ਇਹ ਗੁੜ ਫਿਰ ਨਹੀਂ ਤਾਂ ਚਵਨ ਪਰਾਸ਼ ਇਹ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਜੀ ਜੇ ਬਾਬੇ ਰਾਮਦੇਵ ਦਾ ਮਿਲਦਾ ਤਾਂ ਵਧੀਆ ਹੈਗਾ ਨਹੀਂ ਤਾਂ ਹੋਰ ਜਿਹੜਾ ਮਿਲਦਾ ਤੁਸੀਂ ਉਹ ਆਪਣੇ ਦੋ ਚਮਚੇ ਖਾ ਕੇ ਆਪਣਾ ਦੁੱਧ ਪੀ ਲੇ ਕਰੋ ਐਵੇਂ ਤੁਸੀਂ ਆਪਣੇ ਲੈ ਸਕਦੇ ਹੈਗੇ ਤਿੰਨ ਓਲਿਵ ਲੈਣੀ ਹੈਗੀ ਆ ਤਿੰਨ ਖਜੂਰਾਂ ਤਿੰਨ ਫਿਗ ਜੇ ਜ਼ਿਆਦਾ ਤਾਕਤ ਪਹੁੰਚਾਉਣੀ ਹੈਗੀ ਤਾਂ ਆਪਣੇ ਇਸ ਦੇ ਨਾ ਦੁੱਧ ਮੈਂ ਆਪਣੇ ਚਾਹੇ ਤਾਂ ਦੁੱਧ ਮੈਂ ਮਿਕਸ ਕਰਕੇ ਆਪਣੇ ਮਿਕਸੀ ਜੀ ਮੈਂ ਪਾ ਕੇ ਉਹ ਸ਼ੇਕ ਜਿਹਾ ਬਣਾ ਕੇ ਪੀ ਸਕਦੇ ਹੈਗੇ ਨਹੀਂ ਤਾਂ ਦੁੱਧ ਮਾਂ ਉਬਾਲ ਕੇ ਤੁਸੀਂ ਪੀ ਲਓ ਇਹ ਵੀ ਪੂਰੀ ਤਾਕਤ ਦਊਗਾ ਜੀ ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਕਮਜ਼ੋਰੀ ਵਾਸਤੇ ਬਦਾਮ ਲੈਣੇ ਹੈਗੇ 200 ਗ੍ਰਾਮ 200 ਗ੍ਰਾਮ ਕਾਜੂ ਲੈਣਾ ਹੈਗਾ 100 ਗ੍ਰਾਮ ਸੌਂਫ ਲੈਣੀ ਹੈਗੀ 50 ਗ੍ਰਾਮ ਕਾਲੀ ਮਿਰਚਾਂ ਲੈਣੀਆਂ ਹੈਗੀਆਂ ਤੇ 200 ਗ੍ਰਾਮ ਮਿਸ਼ਰੀ ਲੈਣੀ ਹੈਗੀ ਇਹ ਸਾਰੀਆਂ ਚੀਜ਼ਾਂ ਲੈ ਕੇ ਆਪਣੇ 2 ਚਮਚੇ ਖਾ ਲੇ ਕਰੋ ਸਵੇਰ ਨੂੰ 2 ਚਮਚੇ ਸ਼ਾਮ ਨੂੰ ਖਾ ਲੇ ਇਹ ਵੀ ਤਾਕਤ ਦੇਣ ਨੂੰ ਵਧੀਆ ਚੀਜ਼ ਹੈ ਜੀ ਫਿਰ ਨਹੀਂ ਤਾਂ ਇਕੱਲੀ ਖੰਜੂਰਾਂ ਹੀ ਤੁਸੀਂ ਲੈ ਲਿਆ ਕਰੋ ਭਾਵੇਂ ਇਹ ਵੀ ਠੀਕ ਹੈ ਜੀ 5-7 5-4 ਖੰਜੂਰਾਂ ਤੁਸੀਂ ਆਪਣੇ ਖਾ ਲਿਆ ਕਰੋ ਜਿਹੜੇ ਕਹਿੰਦੇ ਉਹਨੇ ਸਰੀਰ ਮੈਂ ਕਮਜ਼ੋਰੀ ਹੈਗੀ ਕਮਜ਼ੋਰੀ ਫੀਲ ਕਰਦੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਫਿਗ ਕਮਜ਼ੋਰੀ ਵਾਸਤੇ ਬਹੁਤ ਬਹੁਤ ਵਧੀਆ ਚੀਜ਼ ਹੈ ਜੀ ਜਿੰਨੇ ਬੁੜੇ ਬੰਦੇ ਹੈਗੇ ਜਾਣ ਜੋ ਉਹਨਾਂ ਨੂੰ ਫੀਲ ਨਹੀਂ ਹੁੰਦੀ ਉਹ ਆਪਣੇ ਸਟਾਰਟ ਕਰ ਲਵੇ ਪੀਣਾ ਤੁਸੀਂ ਮਹੀਨੇ ਮੈਂ ਦੇਖਿਓ ਕਿੰਨਾ ਫਰਕ ਪੈ ਜਾਂਦਾ ਬੋਡੀ ਨੂੰ ਦੋ ਜਾਂ ਤਿੰਨ ਫਿਗ ਤੁਸੀਂ ਆਪਣੇ ਦੁੱਧਵਾਂ ਉਬਾਲ ਲਓ ਤੇ ਉਹਦੇ ਵਿੱਚ ਮੈਂ ਮਿਸ਼ਰੀ ਪਾ ਲੈਣੀ ਆਪਣੇ ਟੇਸਟ ਦੇ ਮੁਤਾਬਕ ਇਹ ਤੁਸੀਂ ਆਪਣੇ ਦੁੱਧ ਪੀਏ ਕਰੋ ਨਾਲੇ ਫਿਗ ਖਾ ਲੈਣੇ ਹੈਗੇ ਗਲੇ ਤਾਂ ਸਾਰੀ ਕਬਜ਼ੀ ਕੁਬਜ਼ੀ ਦੂਰ ਹੋਊਗੀ ਇਹਦੇ ਨਾਲ ਗਲੇ ਬੋਡੀ ਨੂੰ ਐਨ ਪੂਰੀ ਤਾਕਤ ਆ ਜਾਂਦੀ ਜੀ ਇਹਦੇ ਨਾਲ ਦੋ ਤਿੰਨ ਇਹ ਤਾਂ ਆਪਣੇ ਖੁਰਾਕ ਜੀ ਬਣਾ ਲਓ ਇੱਕ ਕਿਸਮ ਦੀ ਬਹੁਤ ਵਧੀਆ ਚੀਜ਼ ਹੋ ਗਈ ਤੁਹਾਨੂੰ ਇਹ ਜੇ ਆਪਣੇ ਥੋੜ੍ਹਾ ਆਪਣੇ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚ ਮੈਂ ਗੁੜ ਵੀ ਖਾ ਸਕਦੇ ਹੈਗੇ ਜੀ ਥੋੜ੍ਹਾ ਜਿਹਾ ਆਪਣੇ ਗੁੜ ਖਾਣ ਲਾ ਜਾਓ ਇਹ ਵੀ ਆਪਣੇ ਸਰੀਰ ਮਾਂ ਆਇਰਨ ਦੀ ਕਮੀ ਪੂਰੀ ਕਰਕੇ ਜਿਹੜੀ ਕਮਜ਼ੋਰੀ ਤੁਹਾਨੂੰ ਫੀਲ ਹੁੰਦੀ ਹੈਗੀ ਇਹ ਆਪਣੇ ਠੀਕ ਜਿਸ ਤਰ੍ਹਾਂ ਆਪਣੇ ਬਾਲਾ ਖਾਣੇ ਦੀ ਲੋੜ ਨਹੀਂ ਜਿਸ ਤਰ੍ਹਾਂ ਲੱਡੂ ਜਿਹਾ ਹੁੰਦਾ ਇੱਕ ਲੱਡੂ ਉਹਨਾਂ ਤੁਸੀਂ ਆਪਣੇ ਗੁੜ ਖਾ ਕਰੋ ਜੇ ਖੂਨ ਦੀ ਕਮੀ ਨੂੰ ਵੀ ਪੂਰਾ ਕਰ ਦੂਗਾ ਇਹ ਗੁੜ ਫਿਰ ਨਹੀਂ ਤਾਂ ਚਵਨ ਪਰਾਸ਼ ਇਹ ਬਣਿਆ ਬਣਾਇਆ ਮਿਲ ਜਾਂਦਾ ਹੈਗਾ ਜੀ ਜੇ ਬਾਬੇ ਰਾਮਦੇਵ ਦਾ ਮਿਲਦਾ ਤਾਂ ਵਧੀਆ ਹੈਗਾ ਨਹੀਂ ਤਾਂ ਹੋਰ ਜਿਹੜਾ ਮਿਲਦਾ ਤੁਸੀਂ ਉਹ ਆਪਣੇ 2 ਚਮਚੇ ਖਾ ਕੇ ਆਪਣਾ ਦੁੱਧ ਪੀ ਲੇ ਕਰੋ ਐਵੇਂ ਤੁਸੀਂ ਆਪਣੇ ਲੈ ਸਕਦੇ ਹੈਗੇ ਤਿੰਨ ਓਲਿਵ ਲੈਣੀ ਹੈਗੀਆਂ ਤਿੰਨ ਖਜੂਰਾਂ ਤਿੰਨ ਫਿਗ ਜੇ ਜ਼ਿਆਦਾ ਤਾਕਤ ਪਹੁੰਚਾਉਣੀ ਹੈਗੀ ਤਾਂ ਆਪਣੇ ਇਸ ਦੇ ਨਾ ਦੁੱਧ ਮੈਂ ਆਪਣੇ ਚਾਹੇ ਤਾਂ ਦੁੱਧ ਮੈਂ ਮਿਕਸ ਕਰਕੇ ਆਪਣੇ ਮਿਕਸੀ ਮੈਂ ਪਾ ਕੇ ਉਹ ਸ਼ੇਕ ਜਿਹਾ ਬਣਾ ਕੇ ਪੀ ਸਕਦੇ ਹੈਗੇ ਨਹੀਂ ਤਾਂ ਦੁੱਧ ਮਾਂ ਉਬਾਲ ਕੇ ਤੁਸੀਂ ਪੀ ਲਓ ਇਹ ਵੀ ਪੂਰੀ ਤਾਕਤ ਦਊਗਾ ਜੀ ਜਾਂ ਫਿਰ ਤੁਸੀਂ ਲੈ ਸਕਦੇ ਹੈਗੇ ਕਮਜ਼ੋਰੀ ਵਾਸਤੇ ਬਦਾਮ ਲੈਣੇ ਹੈਗੇ 200 ਗ੍ਰਾਮ 200 ਗ੍ਰਾਮ ਕਾਜੂ ਲੈਣਾ ਹੈਗਾ 100 ਗ੍ਰਾਮ ਸੌਂਫ ਲੈਣੀ ਹੈਗੀ 50 ਗ੍ਰਾਮ ਕਾਲੀ ਮਿਰਚਾਂ ਲੈਣੀਆਂ ਹੈਗੀਆਂ ਤੇ 200 ਗ੍ਰਾਮ ਮਿਸ਼ਰੀ ਲੈਣੀ ਹੈਗੀ ਇਹ ਸਾਰੀਆਂ ਚੀਜ਼ਾਂ ਲੈ ਕੇ ਆਪਣੇ 2 ਚਮਚੇ ਖਾ ਲੇ ਕਰੋ ਸਵੇਰ ਨੂੰ 2 ਚਮਚੇ ਸ਼ਾਮ ਨੂੰ ਖਾ ਲੇ ਇਹ ਵੀ ਤਾਕਤ ਦੇਣ ਨੂੰ ਵਧੀਆ ਚੀਜ਼ ਹੈ ਜੀ ਫਿਰ ਨਹੀਂ ਤਾਂ ਇਕੱਲੀ ਖੰਜੂਰਾਂ ਹੀ ਤੁਸੀਂ ਲੈ ਲਿਆ ਕਰੋ ਭਾਵੇਂ ਇਹ ਵੀ ਠੀਕ ਹੈ ਜੀ 5-7 5-4 ਖੰਜੂਰਾਂ ਤੁਸੀਂ ਆਪਣੇ ਖਾ ਲੇ ਕਰੋ।